ਮੋਹਾਲੀ ਦੇ ਵਿੱਚ ਵਾਪਰੇ ਕਤਲकांड ਨੇ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਮੋਹਾਲੀ ਦੇ ਟ੍ਰਿਪਲ ਮਰਡਰ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਹੈ ਮੋਬਾਈਲ ਬਣਿਆ ਮੌਤ ਦਾ ਕਾਰਨ ਜਿੱਥੇ ਕਿ ਇੱਕ ਕਾਤਲ ਨੇ ਇੱਕ ਛੋਟੀ ਜਿਹੀ ਲੜਾਈ ਝਗੜੇ ਤੋਂ ਘਰੇਲੂ ਝਗੜੇ ਤੋਂ ਤਿੰਨ ਕਤਲ ਕਰ ਦਿੱਤੇ ਆਖਰਕਾਰ ਅਜਿਹਾ ਕੀ ਹੋਇਆ ਸੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਸੋ ਮੋਹਾਲੀ ਤੋਂ ਲਗਾਤਾਰ ਦਿਲ ਦਹਿਲਾ ਦੇਣ ਵਾਲੀਆਂ ਘਟਨਾ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹਰ ਇੱਕ ਨੂੰ ਜਿਸ ਨੇ ਸੋਚਾਂ ਦੇ ਵਿੱਚ ਪਾ ਦਿੱਤਾ ਏ ਮੋਹਾਲੀ ਦੇ ਵਿੱਚ ਜੋ ਕਤਲ ਹੋਇਆ ਹੈ ਆਖਰਕਾਰ ਉਸ ਕਤਲ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਡਰ ਫੈਲ ਗਿਆ ਹੈ ਮੋਹਾਲੀ ਦੇ ਵਿੱਚ ਜੋ ਕਤਲ ਕਾਂਡ ਵਾਪਰਿਆ ਹੈ ਬਿਲਕੁਲ ਉਸ ਕਤਲ ਨੇ ਬਿਲਕੁਲ ਹਰ ਇੱਕ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਅੰਦਰੋਂ ਤੋੜ ਦਿੱਤਾ ਹੈ ਤੇ ਹਰ ਪਾਸੇ ਜਿਹੜੀ ਹੈ ਮੋਹਾਲੀ ਦੇ ਕਤਲ ਕਾਂਡ ਦੀ ਹੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਬਿਲਕੁਲ ਮੁਹਾਲੀ ਦੇ ਵਿੱਚ ਜੋ ਹੋਇਆ ਹੈ ਆਖਰਕਾਰ ਉਹ ਸਭ ਕੁਝ ਬਿਲਕੁਲ ਜਿਨ੍ਹਾਂ ਨੇ ਅੱਖੀਂ ਦੇਖਿਆ ਉਹ ਵਾਕਈ ਹੈਰਾਨ ਕਰਨ ਵਾਲਾ ਸੀ ਇਹ ਮਾਮਲਾ ਜਿਹੜਾ ਹੈ ਬਿਲਕੁਲ ਹਰ ਇੱਕ ਪਾਸੇ ਸਾਹਮਣੇ ਆ ਰਿਹਾ ਹੈ ਹਰ ਪਾਸੇ ਜਿਹੜੀ ਹੈ ਗੱਲਬਾਤ ਇਸ ਕਤਲ ਦੀ ਹੀ ਚੱਲ ਰਹੀ ਹੈ ਮੋਹਾਲੀ ਦੇ ਵਿੱਚ ਜੋ ਕਤਲ ਹੋਇਆ ਹੈ ਮੋਹਾਲੀ ਦੇ ਵਿੱਚ ਬਿਲਕੁਲ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਹਰ ਪਾਸੇ ਉਸ ਦੀ ਨਿੰਦਾ ਜਿਹੜੀ ਹੈ ਕੀਤੀ ਜਾ ਰਹੀ ਹੈ ਗੱਲ ਕਰਦੇ ਹਾਂ ਖਰੜ ਦੇ ਗਲੋਬਲ ਸਿਟੀ ਚ ਬਰਨਾਲਾ ਨਿਵਾਸੀ 28 ਸਾਲਾ ਨੌਜਵਾਨ ਨੇ ਆਪਣੇ ਵੱਡੇ ਭਰਾ ਪਰਜਾਈ ਅਤੇ ਉਹਨਾਂ ਦੇ ਨਵਾਲਕ ਪੁੱਤਰ ਦਾ ਕਤਲ ਕਰ ਦਿੱਤਾ ਇਹ ਮਾਮਲਾ ਵੀਰਵਾਰ ਦੇਰ ਸ਼ਾਮ ਨੂੰ ਸਾਹਮਣੇ ਆਇਆ ਸੀ ਹਾਲਾਂਕਿ ਘਟਨਾ ਮੰਗਲਵਾਰ ਰਾਤ ਨੂੰ ਹੋਈ ਸੀ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਉਸ ਦਾ ਸਾਥੀ ਫਰਾਰ ਤਸਿਆ ਜਾ ਰਿਹਾ ਹੈ ਸੂਤਰਾਂ ਨੇ ਦੱਸਿਆ ਇਹ ਕਿ ਸਤਵੀਰ ਸਿੰਘ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਹਨਾਂ ਦੇ ਬੱਚੇ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਸਰਹੰਦ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਪਰਿਵਾਰ ਬਰਨਾਲਾ ਦਾ ਹੀ ਰਹਿਣ ਵਾਲਾ ਹੈ ਪਰ ਸਤਵੀਰ ਨੇ ਵੈਬ ਡਿਜ਼ਾਈਨਿੰਗ ਦਾ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਆਪਣੀ ਪਤਨੀ ਅਤੇ ਪੁੱਤਰ ਨਾਲ ਗਲੋਬਲ ਸਿਟੀ ਦੇ ਵਿੱਚ ਉਹ ਸੈਟਲ ਹੋ ਗਿਆ ਸੀ ਇੱਕ ਪੁਲਿਸ ਅਧਿਕਾਰੀ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਹੈ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਸਤਵੀਰ ਦੇ ਛੋਟੇ ਭਰਾ ਲਖਵੀਰ ਨੇ ਪਹਿਲਾਂ ਅਮਨਦੀਪ ਕੌਰ ਦਾ ਗਲਾ ਕੁੱਟ ਕੇ ਕਤਲ ਕੀਤਾ ਸਤਵੀਰ ਜਦੋਂ ਉਸ ਨੂੰ ਘਰ ਦੇ ਵਿੱਚ ਮਿਲਿਆ ਪਹਿਲਾਂ ਤਾਂ ਉਸ ਦਾ ਇੰਤਜ਼ਾਰ ਕੀਤਾ ਫਿਰ ਤੇਜ਼ ਧਾਰ ਹਥਿਆਰ ਨਾਲ ਉਸ ਦਾ ਵੀ ਕਤਲ ਕਰ ਦਿੱਤਾ ਫਿਰ ਜੋੜੇ ਦੇ ਬੱਚੇ ਦਾ ਵੀ ਕਤਲ ਕੀਤਾ ਗਿਆ ਤਿੰਨਾਂ ਦਾ ਕਤਲ ਕਰਨ ਤੋਂ ਬਾਅਦ ਲਖਵੀਰ ਨੇ ਸਤਵੀਰ ਅਤੇ ਅਮਨਦੀਪ ਦੀਆਂ ਲਾਸ਼ਾਂ ਨੂੰ ਰੋਪੜ ਤੇ ਸਰਹੰਦ ਨਹਿਰ ਦੇ ਵਿੱਚ ਸੁੱਟ ਦਿੱਤਾ ਮਰਿੰਡਾ ਕਸਬੇ ਨੇੜੇ ਉਸੇ ਨਹਿਰ ਦੇ ਵਿੱਚ ਬੱਚੇ ਦੀ ਲਾਸ਼ ਨੂੰ ਵੀ ਸੁੱਟ ਦਿੱਤਾ ਸੀ ਮੁਢਲੀ ਜਾਂਚ ਤੋਂ ਪਤਾ ਲੱਗਿਆ ਇਹ ਕਿ ਕਤਲ ਦਾ ਕਾਰਨ ਲਖਵੀਰ ਦੀ ਆਪਣੇ ਭਰਾ ਨਾਲ ਨਫ਼ਰਤ ਸੀ ਕਿਉਂਕਿ ਸਤਵੀਰ ਨੇ ਆਪਣਾ ਪਹਿਲਾ ਕਾਰੋਬਾਰ ਸਥਾਪਿਤ ਕੀਤਾ ਸੀ ਚੰਗਾ ਚੱਲ ਰਿਹਾ ਸੀ ਇੱਕ ਅਧਿਕਾਰੀ ਨੇ ਦੱਸਿਆ ਇਹ ਕਿ ਲਖਵੀਰ ਨਸ਼ੇੜੀ ਹੈ ਤੇ ਉਸ ਦਾ ਭਰਾ ਆਪਣੇ ਭਰਾ ਨਾਲ ਰੰਜਿਸ਼ ਸੀ ਜਿਸ ਕਾਰਨ ਇਹ ਕਤਲ ਹੋਇਆ ਹੈ ਤੋਂ ਬਿਲਕੁਲ ਇਸ ਕਤਲ ਤੋਂ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਕਿ ਗੱਲ ਕਰੀਏ ਤਾਂ ਮਹੀਨੇ ਦੋ ਮਹੀਨੇ ਪਹਿਲਾਂ ਜਿਹੜਾ ਸੀ ਇੱਕ ਘਰ ਦੇ ਵਿੱਚ ਘਰੇਲੂ ਝਗੜਾ ਹੋਇਆ ਸੀ ਇੱਕ ਮੋਬਾਈਲ ਨੂੰ ਲੈ ਕੇ ਝਗੜਾ ਹੋਇਆ ਸੀ ਹਾਲਾਂਕਿ ਲਖਵੀਰ ਨੇ ਆਪਣੇ ਹੀ ਵੱਡੇ ਭਰਾ ਦੇ ਨਾਲ ਇੱਕ ਮੋਬਾਈਲ ਪਿੱਛੇ ਝਗੜਾ ਕੀਤਾ ਸੀ ਪਰ ਪਰਿਵਾਰ ਵਾਲਿਆਂ ਨੇ ਉਹ ਵੀ ਚੀਜ਼ ਸਾਹਮਣੇ ਰੱਖੀ ਹੈ ਆਖਰਕਾਰ ਉਸ ਦਿਨ ਤੋਂ ਬਾਅਦ ਲਖਵੀਰ ਦੇ ਸੁਹਾ ਦੇ ਵਿੱਚ ਚੇਂਜਸ ਆ ਗਏ ਸਨ ਸੋ ਇਦਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਆਪਣੇ ਹੀ ਭਰਾ ਦਾ ਕਤਲ ਕਰ ਦੇਗਾ ਨਿੱਜੀ ਕਾਰਨਾ ਤੇ ਚਲਦੇ ਆ ਘਰੇਲੂ ਲੜਾਈ ਤੇ ਚਲਦੇ ਆ ਆਪਣੇ ਹੀ ਭਰਾ ਦਾ ਉਸਨੇ ਕਤਲ ਕਰ ਦਿੱਤਾ ਬਿਲਕੁਲ ਆਪਣੇ ਛੋਟੇ ਜੈਪਤੀजे ਨੂੰ ਵੀ ਨਹੀਂ ਬਖਸ਼ਿਆ ਉਸ ਦਾ ਵੀ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਹਰ ਪਾਸੇ ਜਿਹੜੀ ਹੈ ਇਸ ਕਤਲ ਦੀ ਹੀ ਚਰਚਾ ਹੋ ਰਹੀ ਹੈ ਬਿਲਕੁਲ ਇਹ ਜਿਹੜਾ ਕਤਲ ਹੋਇਆ ਹੈ ਇਹ ਬਿਲਕੁਲ ਬਿਲਕੁਲ ਮਾੜਾ ਹੋਇਆ ਹੈ ਹਰ ਪਾਸੇ ਜਿਹੜੀ ਹੈ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਸੋ ਕਤਲ ਦੇ ਨਾਲ-ਨਾਲ ਜੇ ਗੱਲ ਕਰੀਏ ਤਾਂ ਕੁਝ ਹੋਰ ਅਜੇਹੀਆਂ ਚੀਜ਼ਾਂ ਵੀ ਨੇ ਜੋ ਸਾਹਮਣੇ ਆ ਗਈਆਂ ਨੇ ਆਪਣੇ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਆਪਣੇ ਹੀ ਰਿਸ਼ਤਿਆਂ ਦੇ ਵਿੱਚ ਇੱਕ ਬੰਦੇ ਨੇ ਵੱਡੀ ਫੁੱਟ ਪਾ ਦਿੱਤੀ ਆਖਰਕਾਰ ਇਹ ਮਾਮਲਾ ਜੋ ਦਰਜ ਹੋਇਆ ਹੈ ਆਖਰਕਾਰ ਇਸ ਨੇ ਕਈ ਲੋਕਾਂ ਦੀਆਂ ਅੱਖਾਂ ਵੀ ਖੋਲ ਦਿੱਤੀਆਂ ਨੇ ਕਈ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਆਖਰਕਾਰ ਇਹ ਸਭ ਕੁਝ ਇੱਕ ਹੈਰਾਨ ਕਰ ਦੇਣ ਵਾਲਾ ਹੈਰਤ ਅੰਗੇਜ਼ ਮਾਮਲਾ ਜਿਹੜਾ ਹੈ ਮੋਹਾਲੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਹਰ ਕਿਸੇ ਨੇ ਬਿਲਕੁਲ ਇਸ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਤੀ ਹੈ ਸੋ ਗੱਲ ਕਰਦੇ ਆ ਜੀ ਹੋਰ ਨਾ ਖਾਸ ਖਬਰਾਂ ਦੀ ਸੋ ਇਸ ਵਕਤ ਜਿਸ ਤਰ੍ਹਾਂ ਕਿ ਮੋਹਾਲੀ ਦੇ ਵਿੱਚ ਕਤਲकांड ਵਾਪਰਿਆ ਸੋਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਾਲਾਂਕਿ ਇੱਕ ਸਾਥੀ ਉਸ ਦਾ ਫਰਾਰ ਹੈ ਸੋ ਪੁਲਿਸ ਜਿਹੜੀ ਹੈ ਅਗਲੀ ਜਾਂਚ ਦੇ ਵਿੱਚ ਜੁਟ ਚੁੱਕੀ ਹੈ ਮੋਹਾਲੀ ਦੇ ਵਿੱਚ ਟ੍ਰਿਪਲ ਮਰਡਰ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਇੱਕ ਗ੍ਰਿਫਤਾਰ ਹੋਇਆ ਉਸ ਦਾ ਦੋਸਤ ਜੋ ਉਸ ਦੇ ਸਾਥ ਦੇ ਰਿਹਾ ਸੀ ਉਹ ਹਲੇ ਗ੍ਰਿਫਤਾਰ ਨਹੀਂ ਹੋਇਆ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦਾ ਮੰਨਣਾ ਹੈ ਕਿ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਚਾਹੇਗਾ ਸੋ ਗੱਲ ਕਰਦੇ ਆ ਜੀ ਐਂਟਰਟੇਨਮੈਂਟ ਦੀ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਜੀ ਸੋ ਇਸ ਵਕਤ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੀ ਵੀ ਆਰ ਮੂਵੀ ਸਬਸਕ੍ਰਿਪਸ਼ਨ ਪਲਾਨ ਇੱਕ ਵਾਰ ਫਿਰ ਭੁਗਤਾਨ ਕਰੋ ਮਹੀਨਿਆਂ ਤੱਕ ਦੇਖੋ ਮੁਫਤ ਫਿਲ ਜੀ ਹਾਂ OTT ਦੇ ਵਧਦੇ क्रेज ਕਾਰਨ ਦਰਸ਼ਕ cinema ਘਰਾਂ ਤੋਂ ਦੂਰ ਰਹਿਣ ਲੱਗੇ ਨੇ ਇਸ ਦਰਸ਼ਕਾਂ ਨੂੰ multiplex ਵੱਲੋਂ ਆਕਰਸ਼ਿਤ ਕਰਨ ਲਈ PVR INOX ਵਿੱਚ ਜ਼ਬਰਦਸਤ ਪੇਸ਼ਕਸ਼ ਲੈ ਕੇ ਆਇਆ ਹੈ ਦਰਸਲ multiplex ਆਪਰੇਟਰ ਦਰਸ਼ਕਾਂ ਨੂੰ cinema ਘਰਾਂ ਵੱਲ ਆਕਰਸ਼ਿਤ ਕਰਨ ਲਈ subscription ਯੋਜਨਾ ਸ਼ੁਰੂ ਕਰੇਗਾ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕੰਪਨੀ 699 ਰੁਪਏ ਦਾ ਮਹੀਨਾਵਾਰ ਪਲਾਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ 'ਚ 70 ਰੁਪਏ ਪ੍ਰਤੀ ਫਿਲਮ ਦੇ ਹਿਸਾਬ ਨਾਲ ਪੂਰੇ ਹਫਤੇ ਵਿੱਚ 10 ਫਿਲਮਾਂ ਦੇਖੀਆਂ ਜਾਣਗੀਆਂ ਪੀਵੀਆਰ ਦਾ ਇਹ ਆਫਰ ਦੇਸ਼ ਦਾ ਪਹਿਲਾ ਇਨ ਥੀਏਟਰ ਫਿਲਮ ਸਬਸਕ੍ਰਿਪਸ਼ਨ ਆਫਰ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਸਬਸਕ੍ਰਿਪਸ਼ਨ ਪਲਾਨ ਦੇ ਵਿੱਚ ਕੁਝ ਨਿਯਮ ਅਤੇ ਸ਼ਰਤਾਂ ਸ਼ਾਮਲ ਹੋਣਗੀਆਂ ਇਸ ਆਫਰ ਦੇ ਤਹਿਤ ਫਿਲਮਾਂ ਸਿਰਫ ਹਫਤੇ ਦੇ ਦਿਨਾਂ 'ਚ ਹੀ ਦੇਖੀਆਂ ਜਾ ਸਕਦੀਆਂ ਨੇ ਇਹ ਪਲਾਨ ਭਾਰਤ ਦੇ ਦੱਖਣੀ ਰਾਜਾਂ ਅਤੇ ਇਨਸਿੰਗੀਆਂ ਅਤੇ ਆਈਮੈਕਸ ਵਰਗੀਆਂ ਪ੍ਰੀਮੀਅਮ ਸਕਰੀਨਾਂ ਵਿੱਚ ਉਪਲਬਧ ਨਹੀਂ ਹੈ ਇਸ ਯੋਜਨਾ ਦੇ ਤਹਿਤ ਤਿੰਨ ਇੱਕ ਦਿਨ ਵਿੱਚ ਸਿਰਫ ਇੱਕ ਟਿਕਟ ਬੁੱਕ ਕੀਤੀ ਜਾ ਸਕਦੀ ਹੈ ਨਾਲ ਹੀ ਗ੍ਰਾਹਕਾਂ ਨੂੰ ਹਰ ਵਾਰ ਸਬਸਕ੍ਰਿਪਸ਼ਨ ਰਾਹੀਂ ਟਿਕਟ ਖਰੀਦਣ ਦੇ ਵੇਲੇ ਇੱਕ ਸਰਕਾਰੀ ਆਈਡੀ ਨਾਲ ਰੱਖਣਾ ਵੀ ਜ਼ਰੂਰੀ ਹੋਵੇਗਾ ਹੁਣ ਜੇ ਗੱਲ ਕਰੀਏ ਲੋਕਾਂ ਦੇ ਵਿੱਚ OTT ਪਲੇਟਫਾਰਮ ਦਾ ਰੁਝਾਨ ਵਧਦਾ ਜਾ ਰਿਹਾ ਹੈ ਜਿਸ ਕਰਕੇ ਲੋਕ ਸਿਨੇਮਾ ਤੋਂ ਦੂਰ ਹੋ ਰਹੇ ਨੇ ਸੋ ਇਸੇ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਉਸਨਾ ਉਹਨਾਂ ਨੇ ਵੀ ਦੱਸਿਆ ਹੈ ਕਿ ਸਿਨੇਮਾ ਹਾਲੀ ਵਿੱਚ ਹਫਤੇ ਦੇ ਦਿਨਾਂ ਦੌਰਾਨ ਸਿਨੇਮਾ ਘਰਾਂ ਨੂੰ ਭਰਨਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਪਰ ਅਜਿਹਾ ਪੇਸ਼ਕਸ਼ਾਂ ਸੋਮਵਾਰ ਤੋਂ ਵੀਰਵਾਰ ਤੱਕ ਦਰਸ਼ਕਾਂ ਦੀ ਗਿਣਤੀ ਵਧਾਉਣ ਵਿੱਚ ਮਦਦ ਵੀ ਕਰਨਗੇ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ